अमृतसर के कोट खालसा में अचानक घर में नजायज तरीके से चल रही पटाखा फैक्ट्री में धमाका हो गया। धमाका इतना जबरदस्त था कि आसपास के 3 घरों की छतें गिर गई और उनके छतों के नीचे 12 लोग दब गए। उधर पुलिस द्वारा राहत कार्य करते हुए 9 लोगों निकाला जा चुका था। वहीं लोगों का कहना है कि जैसे उन्होंने धमाके की आवाज सुनी उसी तरह उस घर की तरफ भागे और देखा कि छतें गिर चुकी हैं। उनका कहना है कि अब तक कुछ लोगों को बाहर निकाला जा चुका है। वहीं मौके पर पहुंचे पार्षद व पुलिस के अधिकारियों ने राहत का काम शुरू करवाया। उनका कहना है कि इलाके के लोगों ने काफी सहायता की। वहीं पुलिस अधिकारियों की माने तो ये पटाखा फैक्ट्री न्यायिक तौर पर चल रही थी, जिसके बारे में जांच की जाएगी। मैंने पता लगा सिलेंडर फटाया हुआ मेरा अपना, पर इतने आने के पता लगा कि अस्तबाजी जी धमाका जगह सारा नुकसान होया वा, बाकी बच्चों का जरा बचा, बच्चों का बचाव होया वा, बाकी मकान का सारा। हाँ जी, उन्होंने को 3-4 बंदे जेड़े जेड़े इस तरह को जख्मी हुए फटर होए, बाकी पूरा नहीं पता लेबर ਕੱਢੀ ਗਈ। ਆਪਾਂ ਮਿਹਨਤ ਕੀਤੀ ਹੋਈ ਪੂਰੀ, ਆਪਾਂ ਦੇਖੋ ਮੁਹੱਲੇ ਬਹੁਤ ਵੱਡੇ, ਪੁਲਿਸ ਬਹੁਤ ਲੇਟ ਆਈ ਹੋਈ ਇੱਥੇ, ਕੁਛ ਅੱਧੇ ਘੰਟੇ ਬਾਅਦ ਆਈ ਹੋਈ ਘੱਟੋ ਘੱਟ ਇੱਥੇ, ਅਸੀਂ ਨਾਲ ਅਸੀਂ ਲੱਗੇ ਹਾਂ ਮੁਹੱਲੇ ਬਦਲ ਦੇ ਬੰਦੇ ਗਏ ਹਾਂ, ਜੋ ਵੀ ਅਸੀਂ ਮਦਦ ਕੀਤੀ ਹੈ, ਜੋ ਸਾਡੇ ਵੱਧ ਤੋਂ ਵੱਧ ਅਸੀਂ ਜੋ ਅਸੀਂ ਮਦਦ ਕੀਤੀ ਹੈ ਵੱਧ ਤੋਂ ਵੱਧ ਅਸੀਂ ਕੀਤੀ ਹੈਗੀ, ਅਸੀਂ ਵੱਧ ਤੋਂ ਵੱਧ ਮਦਦ ਕੀਤੀ ਹੈ। ਨਾਲੇ ਇਹਨਾਂ ਦਾ ਬਹੁਤ ਨੁਕਸਾਨ ਹੈ, ਆਪਣੇ ਵੱਡੇ ਵੀਰ ਇਹਨਾਂ ਦਾ ਬਹੁਤ ਨੁਕਸਾਨ ਆਇਆ ਵਾ, ਇਹਨਾਂ ਦਾ ਵੇਖੋ ਮਕਾਨ ਤੁਹਾਡਾ ਸਾਡੇ ਸਾਹਮਣੇ ਲੈਂਟਰ ਹੈਗਾ, ਤੁਹਾਡਾ ਡਿੱਗਿਆ ਵਾ, ਨਾਲ ਦਾ ਵੀ ਆਪਣਾ ਹੈਗਾ, ਇਹਨਾਂ ਦਾ ਬਹੁਤ ਨੁਕਸਾਨ ਆਇਆ, ਇਹਨਾਂ ਦਾ ਪਿਛਲੇ ਘਰ ਵਾਲੇ ਵੀ ਇੱਥੇ ਪਿੱਛੇ ਵੀ, ਤੁਸੀਂ ਨਿਗਾਹ ਮਾਰੋ ਮਾੜੀ ਜੀ, ਇਹ ਵੇਖੋ ਪਿੱਛੇ ਕਿੰਨਾ ਨੁਕਸਾਨ ਆਇਆ। ਹਾਂਜੀ ਹਾਂਜੀ, ਮਾੜੀ ਪਿੱਛੇ ਨਿਗਾਹ ਮਾਰੋ, ਤੁਸੀਂ ਤੁਹਾਨੂੰ ਆਪਾਂ ਤੁਹਾਨੂੰ ਪਤਾ ਲੱਗਿਆ ਕਿੰਨਾ ਨੁਕਸਾਨ ਆਇਆ ਵਾ, ਠੀਕ ਹੈ। ਤੇ ਪਿੱਛੇ ਜਿਹੜੇ ਬੱਚੇ ਬੱਚੇ ਉਹ ਵੀ ਜ਼ਖਮੀ ਹੋਏ ਪਿੱਛੇ, ਕੋਈ ਅੱਜ ਸ਼ਾਮੀ ਮੈਂ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਬੜੇ ਜ਼ੋਰ ਦੀ ਇੱਕ ਧਮਾਕੇ ਦੀ ਆਵਾਜ਼ ਸੁਣੀ। ਮੇਰੇ ਕੋਲ ਹੀ ਚੌਂਕੀ ਇੰਚਾਰਜ ਕਬੀਰ ਪਾਰ ਖਲੋਤੇ ਸੀ, ਮੈਂ ਭੱਜ ਕੇ ਉਹਨਾਂ ਨੂੰ ਜਾ ਕੇ ਆਖਿਆ ਮੈਂ ਧਮਾਕਾ ਹੋਇਆ ਇੱਧਰ ਜਾ ਕੇ ਪਤਾ ਕਰੋ। ਉਹਨਾਂ ਪਤਾ ਕਰਕੇ ਅਜੇ ਵੇਖਿਆ, ਉਹਨਾਂ ਦੱਸਿਆ ਵੀ ਇੱਥੇ ਬਲਾਸਟ ਹੋਇਆ। ਇੱਥੇ ਜਦੋਂ ਅਸੀਂ ਮੌਕੇ 'ਤੇ ਇਹ ਪਤਾ ਲੱਗਾ ਵੀ ਬਲਾਸਟ ਹੋ ਗਏ, ਕੁਝ ਬੰਦੇ ਜਿਹੜੇ ਉਹ ਛੱਤਾਂ ਜਿਹੜੀਆਂ ਡਿੱਗ ਪਈਆਂ ਅਤੇ ਕੁਝ ਬੰਦੇ ਅਤੇ ਲੇਡੀਜ਼ ਥੱਲੇ ਆਏ, ਜਿਹਨਾਂ ਨੂੰ ਲਾਕੇ ਵਾਲਾ ਇਕੱਠੇ ਹੋ ਕੇ ਵਿਚਾਰਿਆਂ ਨੂੰ ਉਹਨਾਂ ਬਚਾ ਕੇ ਬਾਹਰ ਕੱਢਿਆ ਅਤੇ ਹੁਣ ਉਹਨਾਂ ਨੂੰ ਭੇਜਤੇ 6-7 ਦੇ ਕਰੀਬ ਹੈ ਅਤੇ ਹੁਣ ਪਤਾ ਲੱਗੂਗਾ ਵੀ ਕਿੰਨੇ ਇੰਜਰਡ ਹੋਏ ਅਤੇ ਕਿੰਨੇ ਦੀ ਡੈਥ ਹੋ ਚੁੱਕੀ ਹੈ। ਇਹ ਉੱਥੇ ਮੌਕੇ 'ਤੇ ਆ ਗਏ, ਕਾਹਦੇ ਨਾਲ ਬਲਾਸਟ ਹੋਇਆ, ਬਲਾਸਟ ਕਿਸ ਚੀਜ਼ ਦਾ ਹੋਇਆ? ਬਲਾਸਟ ਦੱਸਦੇ ਵੀ ਇੱਥੇ ਅਸਤਬਾਜੀ ਜਿਹੜੀ ਉਹ ਤਿਆਰ ਹੁੰਦੀ ਸੀ, ਪਹਿਲਾਂ ਤਾਂ ਰੌਲਾ ਪਿਆ ਵੀ ਸਿਲੰਡਰ ਫਟਿਆ, ਫਿਰ ਪਤਾ ਲੱਗਾ ਵੀ ਅਸਤਬਾਜੀ ਤਿਆਰ ਹੁੰਦੀ ਸੀ ਅਤੇ ਅਸਤਬਾਜੀ ਦਾ ਹੀ ਬਲਾਸਟ ਹੋਇਆ ਜਿਹੜਾ ਇਹ। ਕਰੀਬ 6 ਵਜੇ ਜਾਂ ਸੁੰਦਰ ਨਗਰ ਵਿੱਚ ਉਹ ਜਿਹੜਾ ਪੁਰਾਣਾ ਇੱਥੇ ਆਤਿਸ਼ਬਾਜ਼ ਆ ਉਹਨੇ ਕੋਈ ਪਟਾਕਿਆਂ ਦਾ ਕੰਮ ਚੱਲਦਾ ਸੀ ਅਤੇ ਅਚਾਨਕ ਸਾਨੂੰ ਪਤਾ ਲੱਗਾ ਕਿ ਕੋਈ ਧਮਾਕਾ ਹੋਇਆ ਜਿਹਦੇ ਨਾਲ ਕਾਫੀ ਬੰਦਿਆਂ ਦਾ ਨੁਕਸਾਨ ਹੋਇਆ ਅਤੇ ਕੁਛ 3 ਬੰਦੇ ਇੰਜਰਡ ਹੋਏ ਆ ਜਿਨ੍ਹਾਂ ਨੂੰ ਹੋਸਪਿਟਲ ਪਹੁੰਚਾ ਦਿੱਤਾ ਅਤੇ ਵਿੱਚੋਂ ਕੁਛ 1-2 ਬੱਚੇ ਵੀ ਆ ਉਹ ਪਿਛਲੀ ਜਿਹੜੀ ਬਿਲਡਿੰਗ ਸੀ ਸਾਰੇ ਸੇਫ ਨੇ, ਹੁਣ ਹੋਸਪਿਟਲ ਜਾ ਕੇ ਉਹਨਾਂ ਦਾ ਸਾਰਾ ਹਾਲ ਦਿੱਤਾ। ਕੋਈ ਕੈਜੂਅਲਟੀ ਵੀ ਆ ਜੀ? ਨਹੀਂ, ਇੰਜਰਡ ਹੈਗੇ ਆ ਪਰ ਇੰਜਰਡ ਸੇਫ ਕਰਕੇ ਹੋਸਪਿਟਲ ਚਾਹਤੇ ਉਹਨਾਂ ਨੂੰ ਹੋਸਪਿਟਲ ਚੈੱਕ ਕਰਕੇ ਦੇ। ਨਹੀਂ, ਸਾਨੂੰ ਅਜੇ ਕੋਈ ਇਹਦੇ ਅਜੇ ਇੰਜਰਡ ਹੀ ਆ, ਡੈਥ ਦਾ ਅਜੇ ਕਿਸੇ ਨੂੰ ਨਹੀਂ ਪਤਾ, ਪਰ ਜਾ ਕੇ ਹੋਸਪਿਟਲ ਜਾ ਕੇ ਚੈੱਕ ਕਰ। ਕਿੰਨੇ ਘਰਾਂ ਦਾ ਨੁਕਸਾਨ ਹੋਇਆ ਜੀ? ਮੇਨ ਜ਼ਿਆਦਾ 3 ਘਰਾਂ ਨੂੰ ਜ਼ਿਆਦਾ ਨੁਕਸਾਨ ਹੈਗਾ, ਬਾਕੀ ਸਵੇਰੇ ਪਤਾ ਲੱਗਿਆ ਜਿੱਦਾਂ ਪਿੱਛੇ ਕਿ ਜੇ ਕੱਲ੍ਹ ਨੂੰ ਹੋਰ ਵੀ ਟ੍ਰੇਨ ਵਗੈਰਾ ਆ ਸਕਦੀ ਹੈ ਤਾਂ। ਜਾਗਤੀ ਰੈਕਰੀ ਅੰਮ੍ਰਿਤਸਰ ਸੇ ਅਮਨ ਮਾਹਲ ਕੀ ਰਿਪੋਰਟ।